ਦੂਜਿਆਂ ਤੋਂ ਵੱਖਰੇ ਵਿਚਾਰ ਨੇ ਕੁੜੇ ਦੂਜਿਆਂ ਤੋਂ ਵੱਖਰਾ ਏ ਰਹਿਣਾ ਸਹਿਣਾ ਨੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲਖਵਿੰਦਰ ਸਿੰਘ ਜੀ ਅੱਜ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਤੱਕ ਪਹੁੰਚਦੇ ਰਹੇ ਸੋ ਵੀਡੀਓ ਲੈ ਕੇ ਆਏ ਹਾਂ ਸਾਹਿਲ ਚੀਮਾ ਵੀਰ ਦੀ ਸੌਂਗ ਆਇਆ ਹੈ ਤੇ ਸੌਂਗ ਦਾ ਨਾਮ ਹੈ ਦਿਸ ਗ੍ਰੇਟ ਦੇਖਣਾ ਕਰਦੇ ਹਾਂ ਕਿਵੇਂ ਦਾ ਹੁੰਦਾ ਇਹ ਸੌਂਗ ਤੇ ਨਾਲ ਰਿਐਕਸ਼ਨ ਕਰਨਾ ਕਰਦੇ ਹਾਂ ਆਓ ਸੌਂਗ ਨੂੰ ਦੇਖਣਾ ਕਰਦੇ ਮਾਲਕ ਤੇ ਮਿੱਤਰਾਂ ਨੇ ਡੋਰਾਂ ਛੱਡੀਆਂ ਕਿਸੇ ਦਾਰ ਕਹਾਣੇ ਕੁਝ ਦੇਣਾ ਲੈਣਾ ਨੀ ਸੋਚ ਸੋਚ ਸਮਾਂ ਨੀ ਖਰਾਬ ਕਰਦਾ ਰੱਬ ਜਾਣਦਾ ਏ ਚੜ੍ਹਨਾ ਕੇ ਲੈਣਾ ਨੀ ਹੋ ਦੂਜਿਆਂ ਤੋਂ ਵੱਖਰੇ ਵਿਚਾਰ ਨੇ ਕੁੜੇ ਦੂਜਿਆਂ ਤੋਂ ਵੱਖਰਾ ਏ ਰਹਿਣਾ ਸਹਿਣਾ ਨੀ ਦੂਜਿਆਂ ਤੋਂ ਵੱਖਰੇ ਵਿਚਾਰ ਨੇ ਕੁੜੇ ਦੂਜਿਆਂ ਤੋਂ ਵੱਖਰਾ ਏ ਰਹਿਣਾ ਸਹਿਣਾ ਨੀ ਦੂਜਿਆਂ ਤੋਂ ਵੱਖਰੇ ਵਿਚਾਰ ਕੁੜੇ ਦੂਜਿਆਂ ਤੋਂ ਵੱਖਰਾ ਰਹਿਣਾ ਸਹਿਣਾ ਨੀ ਮਤਲਬ ਕਿ ਦੇਖੋ ਬਾਈ ਦੇ ਲਿਰਿਕਸ ਦੇ ਵਿੱਚ ਇਹ ਗੱਲ ਦੇਖੋ ਕਿ ਆਪਣੇ ਆਪ ਦੀ ਇੱਕ ਕੁਆਲਿਟੀ ਪਹਿਚਾਣ ਕੇ ਰੱਖਣੀ ਕਿ ਦੂਜਿਆਂ ਤੋਂ ਵੱਖਰਾ ਕਰਕੇ ਚੱਲਣਾ ਕਿਉਂਕਿ ਯਾਦ ਰੱਖਿਓ ਜਦੋਂ ਕਿਸੇ ਵੱਖਰਾ ਲਹਿਦਾ ਚੱਲੋਗੇ ਨਾ ਤਾਂ ਇੱਕ ਅਲੱਗ ਆਪਣੀ ਕੁਆਲਿਟੀ ਨੂੰ ਪਹਿਚਾਣ ਕੇ ਚੱਲੋਗੇ ਕਿਉਂਕਿ ਭੀੜ ਦਾ ਹਿੱਸਾ ਨਹੀਂ ਬਣਨਾ ਹੁੰਦਾ ਮੈਂ ਨਾ ਇੱਕ ਬੜੀ ਵਧੀਆ ਲਾਈਨ ਪੜ੍ਹਦਾ ਸੀ ਉਹਦੇ ਵਿੱਚ ਬੜੀ ਵਧੀਆ ਗੱਲ ਦੇਖੀ ਸੀ ਕਹਿੰਦੇ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਅਤੇ ਭੀੜ ਦੇ ਵਿੱਚ ਸਿਆਣੇ ਨਹੀਂ ਹੁੰਦੇ ਜੇ ਕੁਝ ਅਲੱਗ ਦੁਨੀਆ ਤੋਂ ਕਰਕੇ ਦਿਖਾਉਣਾ ਅਤੇ ਅਲੱਗ ਰਸਤੇ ਵੱਲ ਤੁਰਨਾ ਪੈਣਾ ਤੁਹਾਨੂੰ ਅਤੇ ਯਾਦ ਰੱਖਿਓ ਜਦੋਂ ਵੱਖਰਾ ਤੁਰੋਗੇ ਨਾ ਤਾਂ ਬੜੇ ਜਣੇ ਹੇਟ ਕਰਨ ਵਾਲੇ ਬੜੇ ਜਣੇ ਤਾਨੇ ਮੀਣੇ ਬੜਾ ਕੁਝ ਸਹਿਣ ਵਾਲੇ ਆਉਂਦੇ ਨੇ ਪਰ ਉਹ ਚੀਜ਼ ਸਹਾਰਨੀ ਹੈ ਦੂਜਿਆਂ ਤੋਂ ਅਲੱਗ ਰਹਿ ਕੇ ਦਿਖਾਉਣਾ ਦੂਜਿਆਂ ਤੋਂ ਵੱਖਰਾ ਕਰਕੇ ਦਿਖਾਉਣਾ ਭਾਵ ਕਿ ਆਪਣੇ ਆਪ ਨੂੰ ਯਾਦ ਰੱਖਿਓ ਹਰ ਬੰਦਾ ਯੂਨੀਕ ਹੈ ਅਤੇ ਆਪਣੀ ਉਹ ਯੂਨੀਕਨੈਸ ਪਹਿਚਾਣੀ ਆਪਣੀ ਕੁਆਲਿਟੀ ਪਹਿਚਾਣੀ ਕਿਉਂਕਿ ਜੇ ਰੱਬ ਨੇ ਸਾਨੂੰ ਯੂਨੀਕ ਬਣਾਇਆ ਦੇਖੋ ਸਾਡੇ ਫਿੰਗਰ ਪ੍ਰਿੰਟਸ ਨਹੀਂ ਜਿਹੜੇ ਸਾਡੇ ਨੇ ਉਹ ਸੰਸਾਰ ਦੇ ਵਰਲਡਵਾਈਡ ਦੇ ਵਿੱਚ ਕਿਸੇ ਦੇ ਹੋਰ ਫਿੰਗਰ ਪ੍ਰਿੰਟਸ ਨਹੀਂ ਹੈਗੇ ਸਾਡੀ ਅੱਖਾਂ ਵਰਗੀਆਂ ਅੱਖਾਂ ਨਹੀਂ ਸਾਡੇ ਵਾਲ ਵਰਗਾ ਕੋਈ ਵਾਲ ਨਹੀਂ ਹੈਗਾ ਅਤੇ ਫਿਰ ਆਪਣੀ ਕੁਆਲਿਟੀ ਨੂੰ ਪਹਿਚਾਣ ਕੇ ਕੁਝ ਵੱਖਰਾ ਕਰਕੇ ਦਿਖਾਉਂਗੇ ਨਾ ਜ਼ਰੂਰੀ ਥੋੜ੍ਹਾ ਕਿ ਅਸੀਂ ਉਹ ਇਹੋ ਜਿਹਾ ਅਤੇ ਅਸੀਂ ਵੀ ਉਹ ਜਿਹੇ ਬਣੀਏ ਅਸੀਂ ਕੁਝ ਉਹਦੇ ਨੂੰ ਵੱਖਰਾ ਕਰਕੇ ਦਿਖਾਈਏ ਹੋ ਸਕਦਾ ਹੈ ਕਿ ਸਾਡੀ ਪਰਸਨੈਲਿਟੀ ਉਹਦੇ ਨਾਲੋਂ ਵੱਧ ਹੋਵੇ ਪਰ ਇਹ ਪਹਿਚਾਨਣੀ ਪੈਂਦੀ ਹੈ ਆਓ ਵੱਖਰੇ ਵਿਚਾਰ ਨੇ ਕੁੜੇ ਦੂਜਿਆਂ ਤੋਂ ਵੱਖਰਾ ਏ ਰਹਿਣਾ ਸਹਿਣਾ ਨੀ
ਦੂਜਿਆਂ ਤੋਂ ਵੱਖਰੇ ਵਿਚਾਰ ਨੇ ਕੁੜੇ ਦੂਜਿਆਂ ਤੋਂ ਵੱਖਰਾ ਏ ਰਹਿਣਾ ਸਹਿਣਾ ਨੀ ਸੀ ਬਾਈ ਦਾ ਸੌਂਗ ਅਤੇ ਜਿਹਦੇ ਵਿੱਚ ਬਾਈ ਨੇ ਆਪਣੇ ਇੱਕ ਸੈਲਫ ਕੌਨਫੀਡੈਂਸ ਦੀ ਗੱਲ ਕੀਤੀ ਹੈ। ਯਾਦ ਰੱਖਿਓ ਇੱਕ ਹੁੰਦਾ ਈਗੋ ਅਤੇ ਇੱਕ ਹੁੰਦੀ ਹੈ ਸੈਲਫ ਕੌਨਫੀਡੈਂਸ। ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਸਾਡੇ ਡਿਫਰੈਂਸ ਹੁੰਦਾ ਹੈ, ਕਿਉਂਕਿ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਸੈਲਫ ਕੌਨਫੀਡੈਂਸ ਨੂੰ ਬੰਦੇ ਦੀ ਈਗੋ ਸਮਝ ਲੈਂਦੇ ਨੇ, ਉੱਥੇ ਉਹ ਈਗੋ ਦੀ ਨਹੀਂ ਹੈ। ਬਾਈ ਨੇ ਇਸ ਗਾਣੇ ਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਕਿਸੇ ਦਾ ਸਹਾਰਾ ਲੈ ਕੇ ਨਹੀਂ ਚੱਲੇ। ਸੱਚ ਜਾਣਿਓ ਕਿਸੇ ਦੇ ਸਹਾ ਆਪਣੇ ਦਮ 'ਤੇ ਜਿਹੜਾ ਉੱਠਦਾ ਹੈ ਨਾ ਬੰਦਾ, ਉਹ ਫਿਰ ਆਪਣੇ ਦਮ 'ਤੇ ਜਦੋਂ ਖੜ੍ਹਾ ਹੁੰਦਾ ਹੈ ਨਾ, ਤਾਂ ਫਿਰ ਉਹ ਕੁਝ ਕਰਕੇ ਆਪਣੇ ਲੈਵਲ ਦੇ ਵਿੱਚ ਦਿਖਾਉਂਦਾ ਹੈ, ਆਪਣੇ ਫੀਲਡ ਦੇ ਵਿੱਚ ਕੁਝ ਕਰਕੇ ਦਿੰਦਾ। ਜਦੋਂ ਅਸੀਂ ਕਿਸੇ ਦੇ ਸਹਾਰਾ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਦਾ ਸਹਾਰਾ ਮਿਲ ਜੇ, ਯਾਦ ਰੱਖਿਓ ਅੱਜ ਤਾਂ ਅਸੀਂ ਕਿਸੇ ਦਾ ਸਹਾਰਾ ਫੜ ਲਿਆ, ਜੇ ਕੱਲ੍ਹ ਨੂੰ ਅਗਲਾ ਨਾ ਰਿਹਾ ਫਿਰ ਕਿਹਦੇ ਸਹਾਰੇ ਫੜਦੇ? ਇਹ ਤਾਂ ਸਾਰੀ ਉਮਰ ਸਹਾਰਿਆਂ ਦੇ ਵਿੱਚ ਹੀ ਲੰਘ ਜਾਵੇਗੀ। ਇਸ ਕਰਕੇ ਆਪਣੇ ਆਪ ਦਾ ਸਹਾਰਾ ਖੁਦ ਬਣੋ, ਉਹਨੂੰ ਜਿਹਨੂੰ ਕਿਹਾ ਜਾਂਦਾ ਇੱਕ ਸੈਲਫ ਕੌਨਫੀਡੈਂਸ, ਕਿ ਜੇ ਬੰਦਾ ਕਹਿ ਲਈਏ ਕਿ ਛੋਟੇ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਵੱਡੇ ਲੈਵਲ ਦੇ ਵਿੱਚ ਪਹੁੰਚ ਕੇ ਦਿਖਾਵੇ ਨਾ, ਜਦੋਂ ਉਹ ਕਹਿੰਦਾ ਹੈ ਨਾ ਕਿ ਬਈ ਆਹ ਮੈਂ ਕੀਤਾ, ਉਹਦਾ ਸੈਲਫ ਕੌਨਫੀਡੈਂਸ ਹੈ, ਉਹਦੀ ਈਗੋ ਨਹੀਂ ਹੈ। ਈਗੋ ਉਹ ਹੁੰਦੀ ਹੈ ਜਿਹੜਾ ਕਹਿੰਦਾ ਬਾਈ ਮੈਂ ਹੀ ਕਰ ਸਕਦਾ, ਹੋਰ ਕੋਈ ਕਰ ਹੀ ਨਹੀਂ ਸਕਦਾ ਮੇਰੇ ਵਰਗਾ, ਉਹਨੂੰ ਕਿਹਾ ਜਾਂਦਾ ਕਿ ਈਗੋ ਬਾਈ, ਇਹ ਤਾਂ ਕਹਿੰਦਾ ਹੋਰ ਕੋਈ ਕਰ ਹੀ ਨਹੀਂ ਸਕਦਾ। ਇਸ ਕਰਕੇ ਜੇ ਆਪਣੀ ਸੋਚ ਵੱਖਰੀ ਰੱਖਣਾ ਚਾਹੁੰਦੇ ਹੋ ਤਾਂ ਕੁਝ ਸੋਚ ਵੱਖਰੀ ਦਾ ਕਰਕੇ ਵੀ ਦਿਖਾਓ। ਗੱਲ ਯਾਦ ਰੱਖਿਓ ਕਿ ਜਦੋਂ ਆਪਣੇ ਦਮ 'ਤੇ ਉੱਠੋਗੇ ਨਾ, ਹਰ ਸੁੱਖ ਦੇ ਵਿੱਚ ਅਤੇ ਹਰ ਦੁੱਖ ਦੇ ਵਿੱਚ ਆਪਣੇ ਆਪ ਨੂੰ ਜਦੋਂ ਸੈਂਟਰ ਦੇ ਵਿੱਚ ਖਿਲਾਰਨਾ ਸਿੱਖ ਜਾਓਗੇ ਨਾ, ਕਿ ਯਾਰ ਜੇ ਮੈਂ ਅੱਜ ਆ ਖੁਸ਼ੀ ਆਈ ਆ ਤਾਂ ਇਹ ਵੀ ਮੇਰੇ ਕਰਕੇ ਆਈ ਹੈ, ਜੇ ਦੁੱਖ ਆਇਆ ਤਾਂ ਇਹ ਵੀ ਮੇਰੇ ਕਰਕੇ ਆਇਆ, ਫਿਰ ਉਹਦੇ ਵਿੱਚ ਜਦੋਂ ਖੁਸ਼ੀ ਆਊਗੀ ਨਾ, ਤੁਹਾਨੂੰ ਉਤਸ਼ਾਹ ਮਿਲੇਗਾ ਕਿ ਮੈਂ ਕੁਝ ਹੋਰ ਕਰਕੇ ਦਿਖਾਵਾਂ, ਜੇ ਇਹ ਮੇਰੀ ਮਿਹਨਤ ਨੂੰ ਫਲ ਲੱਗਾ ਤਾਂ ਮੈਂ ਕੁਝ ਹੋਰ ਵਧੀਆ ਕਰਕੇ ਦਿਖਾਵਾਂ। ਜੇ ਦੁੱਖ ਆਊਗਾ ਨਾ, ਕੋਈ ਵੀ ਗਲਤੀ ਹੋਊਗੀ, ਤਾਂ ਉਹਦੇ ਵਿੱਚ ਵੀ ਕ੍ਰੈਡਿਟ ਆਪਣੇ ਆਪ ਨੂੰ ਦਿਓਗੇ, ਅਤੇ ਫਿਰ ਉਹ ਗਲਤੀ ਨੂੰ ਪਹਿਚਾਨੋਗੇ ਕਿ ਮੈਂ ਕਿੱਥੇ ਗਲਤ ਸੀ, ਉੱਥੇ ਫਿਰ ਗਲਤੀ ਸੁਧਾਰੀ ਜਾਂਦੀ ਹੈ। ਪਰ ਸਾਡੇ ਸਮਾਜ ਦੇ ਅੰਦਰ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿਸੇ 'ਤੇ ਗਲਤੀ ਥੋਪ ਦਈਏ ਕਿ ਉਹਦੇ ਕਰਕੇ ਹੋਇਆ, ਉਹਦੇ ਕਰਕੇ ਹੋਇਆ। ਜਦੋਂ ਆਪਣੇ ਆਪ 'ਤੇ ਪਾਓਗੇ ਨਾ, ਤਾਂ ਫਿਰ ਆਪਣੀ ਗਲਤੀ ਨੂੰ ਪਹਿਚਾਣ ਕੇ ਵੀ ਅੱਗੇ ਵਧੋਗੇ, ਅਤੇ ਆਪਣੇ ਆਪਣੇ ਵਿੱਚ ਕੁਝ ਵੱਖਰੀ ਕੁਆਲਿਟੀ ਪਹਿਚਾਣ ਕੇ ਕੁਝ ਕਰਕੇ ਵੀ ਦਿਖਾਓਗੇ। ਸੋ ਬਾਈ ਦਾ ਬਹੁਤ ਪਿਆਰਾ ਬਾਈ ਨੇ ਇਸ ਸੌਂਗ ਦੇ ਵਿੱਚ ਮੈਸੇਜ ਦਿੱਤਾ ਸੈਲਫ ਕੌਨਫੀਡੈਂਸ ਦਾ, ਅਤੇ ਬਹੁਤ ਸੋਹਣਾ ਮਿਊਜ਼ਿਕ ਦੇ ਨਾਲ ਬਾਈ ਦੇ ਚੈਨਲ 'ਤੇ ਹੋਰ ਵੀ ਸੌਂਗ ਪਏ ਹੋਏ ਨੇ। ਬਾਕੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਬਾਈ ਦਾ, ਤੁਸੀਂ ਜ਼ਰੂਰ ਚੀਮਾ ਮਿਊਜ਼ਿਕ ਬਾਈ ਦੇ ਚੈਨਲ ਦਾ ਨਾਂ ਹੈ, ਤੁਸੀਂ ਜਾ ਕੇ ਜ਼ਰੂਰ ਸੁਣਿਓ। ਅਤੇ ਬਾਈ ਦੇ ਹੋਰ ਵੀ 3 ਸੌਂਗ ਨੇ ਯੂਟਿਊਬ ਦੇ ਉੱਤੇ, ਅਤੇ ਤੁਸੀਂ ਚੈੱਕ ਕਰਿਓ। ਜੇ ਤੁਸੀਂ ਹੋਰ ਵੀ ਚਾਹੁੰਦੇ ਹੋ ਕਿ ਕਿਸੇ ਸੌਂਗ 'ਤੇ ਆਪਾਂ ਰਿਐਕਸ਼ਨ ਕਰੀਏ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ, ਅਤੇ ਆਪਾਂ ਉਹਦੇ 'ਤੇ ਵੀ ਜ਼ਰੂਰ ਰਿਐਕਸ਼ਨ ਲੈ ਕੇ ਆਵਾਂਗੇ। ਬਾਕੀ ਆਹ ਬਾਈ ਦਾ ਸੌਂਗ ਬਹੁਤ ਪਿਆਰਾ ਲੱਗਾ, ਕਿ ਤੁਸੀਂ ਸਪੋਟੀ ਦੇ ਉੱਤੇ ਵੀ ਬਾਈ ਦੇ ਸੌਂਗ ਨੂੰ ਚੈੱਕ ਕਰ ਸਕਦੇ ਹੋ। 3 ਸੌਂਗ ਬਾਈ ਦੇ ਯੂਟਿਊਬ ਦੇ ਚੈਨਲ 'ਤੇ ਵੀ ਪਏ ਹੋਏ ਨੇ, ਸਪੋਟੀ 'ਤੇ ਵੀ ਪਏ ਹੋਏ ਨੇ, ਅਤੇ ਸੁਣੋ ਅਤੇ ਇੰਜੋਏ ਕਰੋ। ਅਤੇ ਜੇ ਚਾਹੁੰਦੇ ਹੋ ਰਿਐਕਸ਼ਨ ਕਰਨਾ, ਤਾਂ ਮੈਨੂੰ ਰਿਐਕਸ਼ਨ ਕਮੈਂਟ ਬਾਕਸ ਦੇ ਵਿੱਚ ਬਾਈ ਦੇ ਸੌਂਗ ਦਾ ਨਾਮ ਲਿਖ ਕੇ ਅਤੇ ਕਮੈਂਟ ਕਰ ਸਕਦੇ ਹੋ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹੋ, ਤਾਂ ਸਤਿ ਸ਼੍ਰੀ ਅਕਾਲ, ਬਾਏ ਬਾਏ।